जी जे असी गल करिए पूरी रात दी, पूरा पूरी रात देखो 10 बजे आ, 10 बजे जिहड़ा तापमान हैगा वा ਉਹ 10 डिग्री सैलसीयस इत्थे तुहानूं शो करेगा। ठीक है जी, 11 बजे भी 10 डिग्री, 12 बजे फिर ये होर घट जाएगा 9 डिग्री, फिर 1 बजे होर घट जाएगा फिर 9 डिग्री, इस तरह ये पूरी रात घटता जाएगा जिन्ना भी ये तापमान है। देखते रहना तुसी, मैं तुहाडी एक निगाह मरवाऊंगा, तुसी देखो 9 डिग्री 9 डिग्री भी जिहड़ा लास्ट जिहड़ा तापमान हैगा वो 8 डिग्री 7 डिग्री ते भी चला जांदा सवेर दे 7 बजे, ते तुसी इस गल तो अंदाज़ा लगा लो कि वह किन्ना समा भयानक होवेगा भी इन्ना ही ठंड उदों पैंदी होवेगी। फिलहाल असी जो खड़े हाँ ये समा 300 साल बाद दी गल असी करदे पए, पर जेकर असी 300 साल पहलां दी गल करिए तां 300 साल पहलां जिहड़ी ठंड सी वह इस तों भी ज़्यादा तेज़ हुंदी सी, जिहड़ा प्रदूषण हुंदा सी वह घट ਹੁੰਦਾ ਸੀਗਾ। ਤੇ ਇਸੇ ਕਰਕੇ ਇਹ ਜਿਹੜੀਆਂ ਰਾਤਾਂ ਨੇ ਇਹ ਠੰਡੀਆਂ ਮੰਨੀਆਂ ਜਾਂਦੀਆਂ ਨੇ। ਸੰਗਤ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੜ ਇੱਥੇ ਆਇਆ ਹੋਇਆ ਹੈ, ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਾਂ ਹੋਰ ਜਿਹੜੇ ਸਿੱਖ ਧਰਮ ਦੇ ਲੋਕ ਹੈਗੇ ਨੇ ਜਾਂ ਸਿੱਖ ਧਰਮ ਤੋਂ ਇਲਾਵਾ ਜਿਹੜੇ ਹੋਰ ਲੋਕ ਹੈਗੇ ਨੇ ਉਹ ਵੀ ਇੱਥੇ ਨਤਮਸਤਕ ਹੁੰਦੇ ਨੇ, ਉਹਨਾਂ ਚੀਜ਼ਾਂ ਨੂੰ ਉਸ ਰਾਤ ਨੂੰ ਇੱਥੇ ਆਪਣੇ ਪਿੰਡੇ 'ਤੇ ਹੜਾਉਣ ਦੇ ਲਈ ਆਉਂਦੇ ਨੇ। ਜਦੋਂ ਜਿਹੜਾ ਉਹ ਦਿਨ ਸੀਗਾ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਨੇ ਇਹ ਦਿਨ ਅਤੇ ਇਹ ਰਾਤਾਂ ਬਤੀਤ ਕੀਤੀਆਂ ਸਨ, ਉਹਨਾਂ ਨੂੰ ਆਪਣੇ ਪਿੰਡੇ 'ਤੇ ਹੰਡਾਉਣ ਆਉਂਦੇ ਨੇ ਕਿ ਆਖਿਰ ਉਹਨਾਂ ਨੇ ਕਿਸ ਤਰ੍ਹਾਂ ਦਾ ਜਿਹੜਾ ਦੁੱਖ ਸੀ ਆਪਣੇ ਸਰੀਰ 'ਤੇ ਝੱਲਿਆ, ਅਤੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਇਹ ਸਹਿਣ ਕਰਨ ਆਉਂਦੇ ਨੇ ਕਿ ਪਤਾ ਲੱਗੇ ਕਿ ਆਖਿਰ ਅਸੀਂ ਵੀ ਉਸ ਸਮੇਂ ਦੇ ਵਿੱਚੋਂ ਗੁਜ਼ਰ ਕੇ ਦੇਖੀਏ ਕਿਵੇਂ ਉਹਨਾਂ ਨੇ ਕੌਮ ਦੀ ਦੇ ਲਈ ਸ਼ਹੀਦੀ ਪ੍ਰਾਪਤ ਕੀਤੀ, ਕਿਵੇਂ ਕੌਮ ਦੇ ਲਈ ਜੂਝਦੇ ਰਹੇ। Thank you.